ਸਬਸਕ੍ਰਾਈਬ ਕਰੋ ਚੜ੍ਹਦੀਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ। ਸਾਹਿਬ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਰ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਵੱਖ ਵੱਖ ਹਿੱਸਿਆਂ ਤੋਂ ਹੁੰਦਾ ਹੈ, ਜਿਸ ਦੀ ਦੇਰ ਰਾਤੀ ਸਮਾਪਤੀ ਫਤਿਹਨਗਰ ਵਿਖੇ ਹੋਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਮ ਪਿਤਾ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸ਼ੁਰੂ ਹੋ ਕੇ ਤਲਕਟੋਰਾ ਰੋਡ, ਸ਼ੰਕਰ ਰੋਡ, ਪਟੇਲ ਨਗਰ, ਮੋਤੀ ਨਗਰ, ਰਮੇਸ਼ ਨਗਰ, ਰਜੌਰੀ ਗਾਰਡਨ, ਟੈਗੋਰ ਗਾਰਡਨ, ਸੁਭਾਸ਼ ਨਗਰ ਮੋੜ, ਤਿਲਕ ਨਗਰ ਤੋਂ ਹੁੰਦਾ ਹੋਇਆ ਗੁਰਦੁਆਰਾ ਏ ਬਲਾਕ ਫਤਿਹਨਗਰ ਵਿਖੇ ਸਮਾਪਤ ਹੋਇਆ। ਦਿੱਲੀ ਕਮੇਟੀ ਪ੍ਰਧਾਨ ਬਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਵਿੱਚ ਸ਼ੋਭਿਤ ਕਰਨ ਦੀ ਸੇਵਾ ਕੀਤੀ ਅਤੇ ਝਾੜੂ ਜਥੇ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਨਿਕਲ ਰਹੇ ਨਗਰ ਕੀਰਤਨ ਦੇ ਰਾਹ ਨੂੰ ਸਾਫ਼ ਕਰਨ ਦੀ ਸੇਵਾ ਵੀ ਕੀਤੀ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਅਤੇ ਅਤਿ ਸੁੰਦਰ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਇਸ ਮੌਕੇ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਅਤੇ ਹੋਰ ਅਹੁਦੇਦਾਰ ਵੀ ਨਗਰ ਕੀਰਤਨ 'ਚ ਸ਼ਾਮਲ ਹੋਏ ਤੇ ਸੰਗਤ ਵੱਲੋਂ ਥਾਂ ਥਾਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਨਗਰ ਕੀਰਤਨ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਚਾਰੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਜੀਵਨ ਬਾਰੇ ਤੇ ਉਹਨਾਂ ਦੇ ਸੰਦੇਸ਼ ਤੇ ਉਪਦੇਸ਼ਾਂ ਦੇ ਨਾਲ ਨਾਲ ਸਿੱਖੀ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਬਾਰੇ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ਰਾਹੀਂ ਸੰਗਤ ਨੂੰ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ। ਸਾਰੇ ਰਸਤੇ ਵਿੱਚ ਸੰਗਤ ਨੇ ਗੁਰਮਰਿਆਦਾ ਅਨੁਸਾਰ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਪੱਛਮੀ ਦਿੱਲੀ ਵਿੱਚ ਵੀ ਸੰਗਤ ਵੱਲੋਂ ਨਗਰ ਕੀਰਤਨ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਮਾਂ ਬੋਲੀ ਪੰਜਾਬੀ ਨੂੰ ਘਰਾਂ ਵਿੱਚ ਬੋਲਣ ਦੀ ਪ੍ਰੇਰਣਾ ਵੀ ਨਗਰ ਕੀਰਤਨ ਵਿੱਚ ਦਿੱਤੀ ਗਈ। ਸਿੱਖ ਦੀ ਪਹਿਚਾਣ ਅਤੇ ਗੁਰੂ ਸਾਹਿਬ ਵੱਲੋਂ ਦਿੱਤੇ ਗਏ ਪੰਜ ਕਕਾਰਾਂ ਨੂੰ ਦਰਸਾਉਂਦੀ ਇੱਕ ਅਦਭੁਤ ਝਾਕੀ ਵੀ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ। ਅੱਜ ਸਾਹਿਬ ਕਮਾਲ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਸਮਰਪਿਤ ਇਹ ਮਹਾਨ ਨਗਰ ਕੀਰਤਨ ਜੋ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਫਤਿਹਨਗਰ ਛੋਟੇ ਸਾਹਿਬਜ਼ਾਦਿਆਂ ਦੇ ਗੁਰਦੁਆਰੇ ਤੱਕ ਸਾਹਿਬਜ਼ਾਦਿਆਂ ਦੇ ਗੁਰਦੁਆਰਾ ਸਾਹਿਬ ਤੱਕ ਪਹੁੰਚਦਾ। ਵੈਸਟ ਦਿੱਲੀ ਅੰਦਰ ਇਸ ਮਹਾਨ ਨਗਰ ਕੀਰਤਨ ਦੇ ਅੰਦਰ ਲੱਖਾਂ ਸੰਗਤਾਂ ਗੁਰੂ ਸਾਹਿਬ ਜੀ ਦੇ ਚਰਨ ਪਰਸਨ ਵਾਸਤੇ ਪਹੁੰਚ ਰਹੀਆਂ ਨੇ, ਕਿਉਂਕਿ ਇਹ ਇੱਕ ਐਸਾ ਇਤਿਹਾਸਿਕ ਨਗਰ ਕੀਰਤਨ ਜੋ ਵੈਸਟ ਦਿੱਲੀ ਅੰਦਰ ਜਾਂਦਾ ਹੈ, ਜਿੱਥੇ ਸਭ ਤੋਂ ਜ਼ਿਆਦਾ ਗੁਰੂ ਨਾਨਕ ਨਾਮ ਲੇਵਾ ਸੰਗਤ ਰਹਿੰਦੀ ਆ। ਹਜ਼ਾਰਾਂ ਲੋਕਾਂ ਨੇ ਰਸਤੇ ਅੰਦਰ ਗੁਰੂ ਸਾਹਿਬ ਦੇ ਸਵਾਗਤ ਵਾਸਤੇ ਸਟੋਲ ਲਾਏ ਨੇ, ਫੁੱਲਾਂ ਦੀ ਵਰਖਾ ਦਾ ਇੰਤਜ਼ਾਮ ਕੀਤਾ ਹੈ, ਅਨੇਕਾਂ ਪ੍ਰਕਾਰ ਦੇ ਪ੍ਰਸ਼ਾਦਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ। ਅਸੀਂ ਉਹਨਾਂ ਸਾਰਿਆਂ ਨੂੰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਗੁਰੂ ਚਰਨਾਂ 'ਚ ਇਹੀ ਬੇਨਤੀ ਜੋ ਜਿਹੜੀ ਅਰਦਾਸ ਕਰਦੇ ਹਾਂ, ਜਿਨ੍ਹਾਂ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਇਸ ਨਗਰ ਕੀਰਤਨ ਆਪਣੀ ਸੇਵਾ ਲਾਈ, ਉਹਨਾਂ ਦੀ ਸੇਵਾ ਗੁਰੂ ਸਾਹਿਬ ਅਰਥੇ ਲਾਉਣ, ਇਸੇ ਤਰ੍ਹਾਂ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ, ਸਿੱਖ ਇੱਕਜੁੱਟ ਹੋ ਕੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾ ਸਕੇ। ਔਰ ਇਹ ਦਿਹਾੜਾ 2 ਤਰੀਕ ਨੂੰ ਦਿੱਲੀ ਦੇ ਅੰਦਰ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਅੰਦਰ ਬਹੁਤ ਵੱਡੇ ਪੱਧਰ 'ਤੇ ਦੀਵਾਨ ਸਜਾਏ ਜਾਣਗੇ, ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਦੇ ਹਰ ਇਤਿਹਾਸਿਕ ਗੁਰਦੁਆਰਾ ਸਾਹਿਬ ਅੰਦਰ, ਔਰ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਮੋਤੀ ਬਾਗ ਸਾਹਿਬ, ਗੁਰਦੁਆਰਾ ਨਾਨਕ ਪਿਓ ਸਾਹਿਬ, ਗੁਰਦੁਆਰਾ ਕਾਬਗੰਜ ਸਾਹਿਬ, ਬੰਗਲਾ ਸਾਹਿਬ, ਹਰ ਜਗ੍ਹਾ ਹੀ ਬਹੁਤ ਵੱਡੇ ਪੱਧਰ 'ਤੇ ਮਨਾਇਆ ਜਾਏਗਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ। ਇਸ ਨਗਰ ਕੀਰਤਨ ਦੇ ਵਿੱਚ ਇੱਕ ਸੰਗਤਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਜਿਨ੍ਹਾਂ ਨੇ ਸਟੋਲ ਲਗਾਏ ਨੇ ਸਾਰੇ ਆਪਣੇ ਆਪਣੇ ਸਟੋਲਾਂ 'ਤੇ ਸਫਾਈ ਦਾ ਵੀ ਧਿਆਨ ਰੱਖਣ, ਔਰ ਜਗ੍ਹਾ ਜਗ੍ਹਾ ਨਗਰ ਕੀਰਤਨ ਦੇ ਉਪਲਕਸ਼ ਵਿੱਚ ਤੁਸੀਂ ਦੇਖੋਗੇ ਕਿ ਬੜੇ ਸਾਰੇ ਕੀਰਤਨੀ ਜੱਥੇ, ਸਕੂਲਾਂ ਦੇ ਬੱਚੇ ਸਾਰੇ ਇਸ ਨਗਰ ਕੀਰਤਨ ਸ਼ਿਰਕਤ ਕਰ ਰਹੇ ਨੇ। ਔਰ ਮੈਂ ਸਾਰੀਆਂ ਸੰਗਤਾਂ ਨੂੰ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦੀ ਹਾਂ, ਔਰ ਸਭ ਨੂੰ ਅਪੀਲ ਵੀ ਕਰਦੀ ਹਾਂ ਕਿ ਸਾਰੇ ਸੰਗਤਾਂ ਆਪਣੇ ਘਰਾਂ 'ਚੋਂ ਨਿਕਲਣ ਅਤੇ ਇਸ ਨਗਰ ਕੀਰਤਨ ਦਾ ਹਿੱਸਾ ਬਣਨ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਜਿੱਥੇ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ, ਅੱਜ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੈ ਗੁਰੂ ਮਹਾਰਾਜ ਨੂੰ ਅਕੀਦਾ ਭੇਟ ਕਰਨ ਵਾਸਤੇ ਔਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ। ਨਗਰ ਕੀਰਤਨ ਦੇ ਵਿੱਚ ਜਿਹੜਾ ਗੁਰਦੁਆਰਾ ਰਕਾਬਗੰਜ ਸਭ ਤੋਂ ਚਾਲੇ ਪਾ ਕੇ ਫਤਿਹਨਗਰ ਤੱਕ ਨਗਰ ਕੀਰਤਨ ਨੇ ਜਾਣਾ, ਹਜ਼ਾਰਾਂ ਦੇ ਸਟੋਲ ਇੱਥੇ ਲਗਾਏ ਗਏ ਨੇ ਗਿਣਤੀ ਦੇ ਵਿੱਚ। ਗੁਰੂ ਮਹਾਰਾਜ ਦੇ ਪ੍ਰਤੀ ਵਿਸ਼ਵਾਸ, ਗੁਰੂ ਮਹਾਰਾਜ ਦਾ ਚਰਾ ਚਲਾਇਆ ਹੋਇਆ ਨਿਆਰਾ ਪੰਥ ਹੈ ਜਿਹੜਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ। ਔਰ ਮੈਂ ਦੇਖ ਰਿਹਾ ਸੀ ਕਿ ਪਿਛਲੇ ਪੂਰਾ ਹਫ਼ਤਾ ਜਿੱਥੇ ਸ਼ਹੀਦੀ ਦਿਹਾੜੇ ਮਨਾਏ ਗਏ ਔਰ ਕੱਲ੍ਹ ਰਾਤ ਤੱਕ ਜਿੱਥੇ ਸਮਾਗਮ ਲਗਾਏ ਗਏ, ਵੱਡੇ ਦੀਵਾਨ ਸਜਾਏ ਗਏ ਸੀ ਸ਼ਹੀਦਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਪਿੱਛੇ, ਅੱਜ ਸਵੇਰੇ ਲੋਕ ਖੁਸ਼ੀਆਂ ਦੇ ਮਾਹੌਲ ਦੇ ਵਿੱਚ ਆ ਗਏ ਨੇ। ਇਹ ਗੁਰੂ ਮਹਾਰਾਜ ਦੀ ਆਪਣੀ ਕਿਰਪਾ ਹੈ, ਆਪਣੇ ਸਿੱਖਾਂ ਨੂੰ ਹਰ ਰਜ਼ਾ ਦੇ ਵਿੱਚ ਰਹਿਣ ਦੀ ਉਹਨਾਂ ਨੇ ਬਖਸ਼ਿਸ਼ ਦਿੱਤੀ ਹੈ। ਔਰ ਗੁਰੂ ਮਹਾਰਾਜ ਨੇ ਅੱਜ ਇਸ ਪੁਰਬ ਦੇ ਵਿੱਚ ਜਿਹੜੀਆਂ ਸੰਗਤਾਂ ਪਹੁੰਚੀਆਂ ਨੇ, ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਗੁਰੂ ਚਰਨਾਂ 'ਚ ਅਰਦਾਸ ਕਰਦਾ ਕਿ ਹਮੇਸ਼ਾ ਇਸ ਨਿਆਰੇ ਪੰਥ ਨੂੰ, ਆਪਣੇ ਵਰਸਾਏ ਇਸ ਪੰਥ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਾਂ। ਅੱਜ ਸਾਹਿਬ ਕਮਾਲ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ
ਉਹ ਪਟਰੇ ਦੀ ਧਰਤੀ ਦੇ ਉੱਤੇ ਜਨਮ ਲਿਆ, ਪ੍ਰਕਾਸ਼ ਧਾਰਿਆ। ਅੱਜ ਅਸੀਂ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਗੁਰੂ ਸਾਹਿਬ ਨੇ ਉਸ ਪਟਨੇ ਧਰਤੀ ਨੂੰ ਭਾਗ ਲਾਏ, ਛੋਟੇ ਛੋਟੇ ਉਮਰ ਦੇ ਅੰਦਰ ਚੋਜ ਕੀਤੇ। 9 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਨੇ ਆਪਣੇ ਪਿਤਾ ਨੂੰ ਆਪ ਸ਼ਹਾਦਤ 'ਤੇ ਭੇਜਿਆ। ਧੰਨ ਮੇਰਾ ਗੁਰੂ, ਧੰਨ ਗੁਰੂ ਕੈਲਾਲ। ਸਾਨੂੰ ਉਹਨਾਂ ਦੇ ਪ੍ਰਕਾਸ਼ ਰੂਪ 'ਤੇ ਘੜੋ, ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ, ਗੁਰੂ ਸ਼ਬਦ ਨਾਲ ਜੋੜਨਾ ਚਾਹੀਦਾ, ਦੱਸਣਾ ਚਾਹੀਦਾ ਕਿ ਗੋਬਿੰਦ ਸਿੰਘ ਮਹਾਰਾਜ ਨੇ ਐਸਾ ਇਹੋ ਜਿਹਾ ਕੰਮ ਨੇ ਵੇਖਲਾ ਕੰਮ ਕੀਤਾ ਜਿਹਨਾਂ ਦੀ ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਹਾਂ। ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਸਰਵੰਸ਼ ਦਾਨੀ, ਬਾਦਸ਼ਾਹ ਦੇ ਬਾਦਸ਼ਾਹ, ਬਾਦਸ਼ਾਹ ਦਰਵੇਸ਼। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਨਗਰ ਕੀਰਤਨ ਨਿਕਲ ਕੇ ਜਾ ਰਿਹਾ। ਵਾਹ ਪ੍ਰਗਟਿਓ ਮਰਦ ਅਗਮੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ। ਮੈਂ ਸਮਝਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਨਾਂ 'ਤੇ ਇਹ ਕੁਰਬਾਨੀਆਂ ਦੀ ਕੋਈ ਮਿਸਾਲ ਮਿਲ ਸਕਦੀ ਹੈ ਕਿ ਉਹਨਾਂ ਨੇ ਆਪਣਾ ਸਰਵੰਸ਼ ਹੀ ਕੁਰਬਾਨ ਕਰ ਦਿੱਤਾ ਆਪਣੇ ਪੰਥ 'ਤੇ, ਆਪਣੇ ਕੌਮ 'ਤੇ, ਆਪਣੇ ਧਰਮ 'ਤੇ, ਆਪਣੇ ਦੇਸ਼ ਦੇ ਉੱਤੇ। ਔਰ ਨਾ ਹੀ ਉਹਨਾਂ ਦੀ ਨਮਰਤਾ ਦੀ ਮਿਸਾਲ ਮਿਲ ਸਕਦੀ ਹੈ ਕਿ ਜਦੋਂ ਗੁਰੂ ਆਪ ਚੇਲਿਆਂ ਦੇ ਅੱਗੇ ਹੱਥ ਜੋੜ ਕੇ ਖੜ੍ਹੇ ਹੋ ਗਏ ਕਿ ਜਿਸ ਤਰ੍ਹਾਂ ਤੁਸੀਂ ਹਿੰਮਤ ਰਾਏ ਤੋਂ ਹਿੰਮਤ ਸਿੰਘ ਬਣ ਗਏ ਹੋ, ਉਸ ਤਰ੍ਹਾਂ ਮੈਨੂੰ ਹੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਇਹ ਮਿਸਾਲ ਕਿਤੇ ਦੁਨੀਆਂ 'ਚ ਪੈਦਾ ਨਹੀਂ ਹੁੰਦੀ, ਔਰ ਨਾ ਹੀ ਗੁਰੂ ਘਰ ਦੇ ਪ੍ਰਤੀ ਉਹਨਾਂ ਦੇ ਸਮਰਪਣ ਦੀ ਭਾਵਨਾ ਦੀ ਕੋਈ ਮਿਸਾਲ ਮਿਲ ਸਕਦੀ ਹੈ ਕਿ ਜਦੋਂ ਇੰਨੇ ਯੁੱਧ ਜਿੱਤਦੇ ਭੰਗਾਣੀ ਦਾ ਯੁੱਧ ਜਿੱਤ ਕੇ ਆਏ ਅਤੇ ਉਹਨਾਂ ਦੀ ਤਾਰੀਫ ਹੋਣ ਲੱਗੀ ਅਤੇ ਉਹਨਾਂ ਨੇ ਤਾਰੀਫ ਕੀਤੀ ਕਿ ਵੀ ਪਰਮਾਤਮਾ ਦੀ ਕਿ ਬਈ ਇਹਨੀ ਕੀ ਕਿਰਪਾ ਸੇ ਸਜੇ ਹਮ ਹੈ, ਨਹੀਂ ਮੋਹ ਸੋ ਗਰੀਬ ਕਰੋੜ ਬੜੇ। ਐਸੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦਿੱਤੇ ਮੈਂ ਸਮੂਹ ਸੰਗਤਾਂ ਨੂੰ ਵਧਾਈ ਵੀ ਦਿੰਦਾ ਔਰ ਅਰਦਾਸ ਕਰਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਪੰਥ ਨੂੰ ਚੜ੍ਹਦੀ ਕਲਾ ਰੱਖੀ। ਸਰਬੱਤ ਦੇ ਭਲੇ ਦੀ ਅਸੀਂ ਅਰਦਾਸ ਕਰਦੇ ਹਾਂ, ਇਸੇ ਤਰ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਅਸੀਂ ਪੰਥ ਅਤੇ ਕੌਮ ਦੀ ਚੜ੍ਹਦੀ ਕਲਾ ਦੀ ਉਹ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਮ ਪਿਤਾ ਸਾਹਿਬ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਸਜਾਏ ਗਏ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਆਈ ਹੋਈਆਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਨਿਹਾਲ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 353ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿੱਚ ਸਮਾਗਮ ਆਯੋਜਿਤ ਕੀਤੇ ਗਏ। ਮੁੱਖ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਹੋਇਆ। ਇਸ ਮੌਕੇ ਪੰਥ ਦੇ ਪ੍ਰਸਿੱਧ ਕੀਰਤਨੀ ਜਥਿਆਂ ਨੇ ਸਿੱਖ ਸੰਗਤ ਨੂੰ ਗੁਰਬਾਣੀ ਕੀਰਤਨ ਸੁਣਾ ਕੇ ਨਿਹਾਲ ਕੀਤਾ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਹਿਬੇ ਕਮਾਲ ਨੇ ਸਰਬੰਸ ਵਾਰ ਕੇ ਸਾਨੂੰ ਸਿੱਖੀ ਬਖਸ਼ੀ ਹੈ ਅਤੇ ਸਿੱਖੀ ਉੱਤੇ ਕਾਇਮ ਰਹਿਣਾ ਸਾਡਾ ਮੁੱਢਲਾ ਫਰਜ਼ ਹੈ। ਸਿਰਸਾ ਨੇ ਕਿਹਾ ਕਿ ਦੁਨੀਆਂ ਵਿੱਚ ਅਜਿਹੀ ਕੋਈ ਹੋਰ ਮਿਸਾਲ ਨਹੀਂ ਮਿਲਦੀ ਜਦੋਂ ਇੱਕ ਪਿਤਾ ਆਪਣੀ ਕੌਮ ਅਤੇ ਆਪਣੇ ਦੇਸ਼ ਦੀ ਖਾਤਰ ਆਪਣਾ ਸਰਬੰਸ ਵਾਰ ਦਿੰਦਾ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਾਹਿਬੇ ਕਮਾਲ ਦੀ ਅਪਾਰ ਬਖਸ਼ਿਸ਼ ਹੈ ਕਿ ਦੁਨੀਆਂ ਭਰ ਵਿੱਚ ਸਿੱਖ ਕੌਮ ਨੂੰ ਸਭ ਤੋਂ ਦਲੇਰ, ਬਹਾਦਰ ਅਤੇ ਨਿਮਰਤਾ ਧਾਰਨ ਕਰਨ ਵਾਲੀ ਕੌਮ ਮੰਨਿਆ ਜਾਂਦਾ ਹੈ ਜੋ ਕਿਸੇ ਨਾਲ ਵੀ ਧਰਮ ਅਤੇ ਜਾਤ ਪਾਤ ਦੇ ਕਿਸੇ ਆਧਾਰ ਉੱਤੇ ਵਿਤਕਰਾ ਨਹੀਂ ਕਰਦੀ। ਉਹਨੇ ਕਿਹਾ ਕਿ ਸਿੱਖਾਂ ਨੇ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿੱਚ ਜਾ ਕੇ ਆਪਣੀ ਮਿਹਨਤ ਦੇ ਬਲਬੂਤੇ ਆਪਣਾ ਲੋਹਾ ਮਨਵਾਇਆ। ਸਿਰਸਾ ਨੇ ਕਿਹਾ ਕਿ ਅੱਜ ਸਿੱਖੀ ਉੱਤੇ ਸਭ ਤੋਂ ਵੱਡਾ ਸੰਕਟ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਹੀ ਆਪਣੇ ਵਿਰਸੇ ਤੋਂ ਜਾਣੂ ਨਹੀਂ ਕਰਵਾ ਰਹੇ। ਖਾਣਾ ਅੰਮ੍ਰਿਤ ਪੈਣਾ
ਨਾਨਕ ਨਾਮ ਵਡਾਈ ਹੋਏ, ਨਾਨਕ ਨਾਮ ਵਡਾਈ ਹੋਏ, ਨਾਨਕ ਨਾਮ ਵਡਾਈ ਹੋਏ, ਨਾਨਕ ਨਾਮ ਵਡਾਈ ਹੋਏ। ਅੰਮ੍ਰਿਤ ਖਾਣਾ ਅੰਮ੍ਰਿਤ ਪੈਣਾ ਅੰਮ੍ਰਿਤ ਨਾਨਕ ਨਾਮ ਵਡਾਈ ਹੋਏ, ਨਾਨਕ ਨਾਮ ਵਡਾਈ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਅਤੇ ਜਨ ਸਕੱਤਰ ਹਰਮੀਤ ਸਿੰਘ ਕਾਲਕਾ ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਉਚੇਚੇ ਤੌਰ 'ਤੇ ਨਤਮਸਤਕ ਹੋਏ, ਉੱਥੇ ਉਹਨਾਂ ਆਈਆਂ ਹੋਈਆਂ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਵੀ ਦਿੱਤੀ ਅਤੇ ਉਹਨਾਂ ਕਿਹਾ ਕਿ ਸਾਹਿਬ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਰਬੰਸ ਵਾਰ ਕੇ ਸਾਨੂੰ ਸਿੱਖੀ ਬਖਸ਼ੀ ਹੈ ਅਤੇ ਸਿੱਖੀ ਦੇ ਕਾਇਮ ਰਹਿਣਾ ਸਾਡਾ ਮੁੱਢਲਾ ਫਰਜ਼ ਹੈ। ਅੱਜ ਸਾਹਿਬ ਕਮਾਲ ਸਰਬੰਸ ਦਾਨੀ ਅੰਮ੍ਰਿਤ ਕੀ ਦਾਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈ ਹੋਵੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਦਿੱਲੀ ਦੇ ਸਾਰੇ ਹੀ ਇਤਿਹਾਸਿਕ ਗੁਰੂ ਸਾਹਿਬਾਨ ਗੁਰਦੁਆਰਾ ਸਾਹਿਬਾਨਾਂ ਦੇ ਅੰਦਰ ਅੱਜ ਇਸ ਦਿਨ ਨੂੰ ਵੱਡੇ ਪੱਧਰ 'ਤੇ ਮਨਾ ਰਹੀ ਆ। ਪੂਰੀ ਕਾਇਨਾਤ, ਪੂਰੀ ਦੁਨੀਆ, ਹਰ ਮੁਲਕ ਦੇ ਅੰਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਇਸ ਪ੍ਰਕਾਸ਼ ਪੁਰਬ ਨੂੰ ਬਹੁਤ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ। ਜਿਵੇਂ ਕਿ ਆਪ ਸਾਰੇ ਜਾਣਦੇ ਜੇ, ਪੂਰੀ ਦੁਨੀਆ ਦੇ ਅੰਦਰ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ 'ਤੇ ਰਹਿਮਤ ਕੀਤੀ, ਅੱਜ ਉਸਦੇ ਚੱਲਦੇ ਇਸ ਦਸਤਾਰ ਦੀ ਅਹਿਮੀਅਤ ਦੁਨੀਆ ਦੇ ਅੰਦਰ ਇੰਨੀ ਆ, ਪੂਰੇ ਦੁਨੀਆ ਦੇ ਅੰਦਰ ਸਿੱਖਾਂ ਦਾ ਬੋਲਬਾਲਾ ਹੈ ਔਰ ਪੂਰੀ ਦੁਨੀਆ ਦੇ ਅੰਦਰ ਹੀ ਦੁਨੀਆ ਦੇ ਲੋਕ ਇਸ ਗੱਲ ਨੂੰ ਮੰਨਣ ਨੂੰ ਮਜਬੂਰ ਹੋਏ ਕਿ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਰਹਿਮਤ ਸਿੱਖਾਂ 'ਤੇ ਕੀਤੀ ਸੀ ਉਹ ਸਿੱਖ ਅਡੋਲ ਹੈ ਅੱਜ ਵੀ, ਉਹ ਸਿੱਖ ਦੇ ਅੰਦਰ ਉਨਾ ਹੀ ਸੇਵਾ ਦਾ ਭਾਵ ਹੈ ਅੱਜ ਵੀ, ਉਨਾ ਹੀ ਸਮਰਪਿਤ ਹੈ ਅੱਜ ਵੀ ਔਰ ਦੁਨੀਆ ਦੇ ਅੰਦਰ ਜਦੋਂ ਵੀ ਕਿਤੇ ਲੋੜ ਪੈਂਦੀ ਆ ਇਹ ਸਿੱਖ ਜਿਹਦੇ ਸਿਰ 'ਤੇ ਦਸਤਾਰ ਸੱਜੀ ਆ ਸਭ ਤੋਂ ਪਹਿਲਾਂ ਵਿਪਤਾ ਦੇ ਅੰਦਰ ਅਗਰ ਕਿਸੇ ਨੇ ਕੋਈ ਖੜਾ ਦਿਖਾਈ ਦਿੰਦਾ ਹੈ ਤਾਂ ਇੱਕ ਸਿੱਖ ਦਿਖਾਈ ਦਿੰਦਾ ਹੈ, ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਾਡੇ 'ਤੇ ਰਹਿਮਤ ਅਤੇ ਬਖਸ਼ਿਸ਼ ਆ। ਅੱਜ ਦੁਨੀਆ ਦੇ ਅੰਦਰ ਬਹੁਤ ਸਾਰੇ ਧਰਮਾਂ ਦੇ ਲੋਕ ਆਪਣੇ ਆਪਣੇ ਧਰਮ ਦੀ ਗੱਲ ਕਰਦੇ ਆ, ਮਕਸਦ ਉਸ ਅਕਾਲ ਪੁਰਖ ਦੀ ਉਸਤਤ ਕਰਨਾ ਹੈ, ਮਕਸਦ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ, ਪਰ ਦੁਨੀਆ ਦੇ ਅੰਦਰ ਕੋਈ ਵੀ ਐਸੀ ਮਿਸਾਲ ਨਹੀਂ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜੈਸੀ ਹੋਵੇ। ਅੱਲਾ ਯਾਰ ਖਾਨ ਯੋਗੀ ਨੇ ਬੜਾ ਸੁੰਦਰ ਲਿਖਿਆ ਸੀ ਕਿ ਦੁਨੀਆ ਦੇ ਸਾਰੇ ਸਮੁੰਦਰ ਨੂੰ ਸ਼ਾਹੀ ਬਣਾ ਦਿੱਤਾ ਜਾਵੇ, ਦੁਨੀਆ ਦੇ ਸਾਰੇ ਸਮੁੰਦਰ ਨੂੰ ਸ਼ਾਹੀ ਬਣਾ ਦਿੱਤਾ ਜਾਵੇ, ਦੁਨੀਆ ਦੇ ਸਾਰੇ ਜੰਗਲਾਂ ਦੀ ਲੱਕੜ ਨੂੰ ਕਲਮ ਬਣਾ ਦਿੱਤਾ ਜਾਵੇ, ਦੁਨੀਆ ਦੇ ਸਾਰੇ ਜੰਗਲਾਂ ਦੀ ਲੱਕੜ ਨੂੰ ਕਲਮ ਬਣਾ ਦਿੱਤਾ ਜਾਵੇ, ਫਿਰ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਉਸਤਤ ਔਰ ਵਡਿਆਈ ਕਲਮ ਔਰ ਦਵਾਤ ਨਾਲ ਲਿਖੀ ਨਹੀਂ ਜਾ ਸਕਦੀ। ਦੁਨੀਆ ਦੇ ਅੰਦਰ ਐਸੀ ਕੋਈ ਸ਼ਹਾਰਤ ਔਰ ਐਸੀ ਕੋਈ ਤਾਕਤ ਨਹੀਂ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਇਸ ਉਸਤਤ ਨੂੰ ਲਿਖ ਸਕਦੀ ਹੋਵੇ, ਇਹ ਅੱਲਾ ਯਾਰ ਖਾਨ ਯੋਗੀ ਨੇ ਕਿਹਾ ਸੀ। ਖਾਲਸਾ ਜੀ, ਅੱਜ ਜਦੋਂ ਆਪਾਂ ਖਾਲਸੇ ਦੇ ਸਿਰਜਣਹਾਰ ਸੱਚੇ ਪਿਤਾ ਪਰਮੇਸ਼ਵਰ ਸਾਹਿਬ ਦੇ ਕਮਾਲ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਸ਼ਾਇਦ ਆਪਾਂ ਕਿਤੇ ਨਾ ਕਿਤੇ ਇਸ ਗੱਲ ਨੂੰ ਭੁੱਲਦੇ ਜਾ ਰਹੇ ਹਾਂ ਕਿ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ ਉਹ ਸ਼ਹਾਦਤ ਨੇ ਇਸ ਦੁਨੀਆ ਦੇ ਅੰਦਰ ਇੱਕ ਨਵਾਂ ਮੁਕਾਮ ਖੜਾ ਕੀਤਾ ਹੈ ਔਰ ਅੱਜ ਉਹੀ ਕਾਰਨ ਆ ਇਸ ਮੁਲਕ ਦੀਆਂ ਨੀਹਾਂ ਸੁਰੱਖਿਅਤ ਨੇ, ਇਸ ਮੁਲਕ ਦੇ ਲੋਕਾਂ ਦਾ ਧਰਮ ਸੁਰੱਖਿਅਤ ਆ। ਅੱਜ ਬਹੁਤ ਸਾਨੂੰ ਇਹ ਚਿੰਤਾ ਕਰਨ ਲੋੜ ਆ ਕਿ ਸਾਡਾ ਇਤਿਹਾਸ ਅੱਗੇ ਕਿਵੇਂ ਵਧੇ, ਲੋਕਾਂ ਨੂੰ ਇਹ ਗੱਲ ਦਾ ਕਿਵੇਂ ਪਤਾ ਲੱਗੇ, ਲੋਕ ਕਿਵੇਂ ਜਾਣਕਾਰੀ ਰੱਖਣ। ਅੱਜ ਦੇਸ਼ ਆ, ਇਸ ਦੇਸ਼ ਦੇ ਅੰਦਰ ਜਿਹੜਾ ਵੱਡਾ ਧਰਮ ਆ ਉਸ ਹਿੰਦੂ ਧਰਮ ਆ, ਉਸ ਤੋਂ ਬਾਅਦ ਇਸ ਮੁਲਕ ਦੇ ਅੰਦਰ ਇਸਲਾਮ ਧਰਮ ਦੇ ਲੋਕ ਨੇ, ਆਪਾਂ ਬਹੁਤ ਘੱਟ ਗਿਣਤੀ 'ਚ, ਆਪਾਂ ਕੇਵਲ 2% ਹਾਂ। ਆਪਾਂ ਆਪਣੀ ਗੱਲ ਨੂੰ ਲੋਕਾਂ ਤੱਕ ਕਿਵੇਂ ਪਹੁੰਚਾਈਏ, ਆਪਾਂ ਕਿਵੇਂ ਦੱਸੀਏ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜੋ ਮਹਾਨ ਸ਼ਹਾਦਤ ਆਪਣੇ ਸਾਹਿਬਜ਼ਾਦਿਆਂ ਦੀ ਦਿੱਤੀ, ਜੋ ਮਹਾਨ ਸ਼ਹਾਦਤ ਆਪਣੇ ਪਿਤਾ ਦੀ ਦਿੱਤੀ, ਉਹਦਾ ਕਾਰਨ ਕੀ ਸੀ। ਬਹੁਤ ਸਾਰੇ ਲੋਕ ਅੱਜ ਖਬਾਫ ਕਰਨਾ ਖਾਲਸਾ ਜੀ ਇਹ ਸਮਝਣ ਲੱਗ ਪਏ ਨੇ ਕਿ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਗੁਰੂ ਨਾਨਕ ਦੇਵ ਜੀ ਇਹ ਸਿੱਖ ਧਰਮ ਆ।
ਉਹ ਇੰਨਾ ਹੀ ਮਹਿਸੂਸ ਕਰ ਰਹੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਜਿਹੜੀ ਦਿੱਤੀ ਸੀ ਉਹ ਮਾਨਵਤਾ ਦੇ ਵਾਸਤੇ, ਹਿੰਦੂ ਧਰਮ ਦੀ ਰੱਖਿਆ ਵਾਸਤੇ, ਜਨੇਊ ਦੀ ਰੱਖਿਆ ਵਾਸਤੇ, ਔਰ ਉਸ ਵੇਲੇ ਹੋ ਰਹੇ ਜ਼ੁਲਮ ਦੇ ਖਿਲਾਫ਼ ਉਹ ਸ਼ਹਾਦਤ ਦਿੱਤੀ ਸੀ। ਇਹ ਲੋਕਾਂ ਤੋਂ ਆਪਾਂ ਗੱਲ ਪਹੁੰਚਾ ਨਹੀਂ ਪਾ ਰਹੇ। ਮੈਂ ਜਿੱਥੇ ਆਪ ਜੀ ਨੂੰ ਅੱਜ ਦੇ ਦਿਹਾੜੇ ਦੀ ਫਿਰ ਤੋਂ ਬਹੁਤ 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 ਵਧਾਈ ਦੇਣਾ ਹੈ, ਉੱਥੇ ਬੇਨਤੀ ਕਰਨਾ ਚਾਹੁੰਦਾ ਹੈ, ਇਸ ਦੇਸ਼ ਦੇ ਅੰਦਰ ਜਿੱਥੇ ਅਸੀਂ ਰਹਿ ਰਹੇ ਹਾਂ ਇਸ ਦੇਸ਼ ਦੇ ਲੋਕਾਂ ਨੂੰ ਇਹ ਦੱਸਣਾ ਬੜਾ ਜ਼ਰੂਰੀ ਆ ਕਿ ਜੋ ਰੁਤਬਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਸਿੱਖ ਨੂੰ ਦਿੱਤਾ ਹੈ, ਗਰੀਬ ਸਿੱਖ ਨੂੰ ਕੋ, ਉਹ ਜੋ ਸਾਨੂੰ ਰੁਤਬਾ ਦਿੱਤਾ ਹੈ ਉਹ ਰੁਤਬਾ ਇਸ ਕਰਕੇ ਕੋਈ ਐਂ ਨਹੀਂ ਕਿ ਟੀਵੀ ਫਰਿੱਜ ਨਾਲ ਦਿੱਤਾ ਗਿਆ ਸੀ, ਉਹ ਰੁਤਬਾ ਐਂ ਨਹੀਂ ਜੋ ਅੱਜ ਕੱਲ੍ਹ ਧਰਮ ਬਦਲਣ ਵਾਸਤੇ ਲੋਕਾਂ ਨੂੰ ਲੋਭ ਲਾਲਚ ਦੇ ਕੇ ਕੀਤਾ ਜਾਂਦਾ, ਨਹੀਂ, ਬਲਕਿ ਆਪਣੇ ਸਾਹਿਬਜ਼ਾਦਿਆਂ ਦੀ ਔਰ ਆਪਣੇ ਪਿਤਾ ਦੀ ਸ਼ਹਾਦਤ ਦੇ ਕੇ ਸਾਨੂੰ ਇਹ ਦਸਤਾਰ ਸਜਾਈ ਆ। ਇਸ ਦਸਤਾਰ ਦੀ ਅਹਿਮੀਅਤ ਨੂੰ ਅੱਜ ਸਮਝਣ ਦੀ ਲੋੜ ਆ। ਮੈਂ ਆਪ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਹੈ। ਆਪ ਜੀ ਦਾ ਔਰ ਮੇਰਾ ਪਰਿਵਾਰ ਇਸੇ ਤਰ੍ਹਾਂ ਪੀੜ੍ਹੀ ਦਰ ਪੀੜ ਇਸ ਡਰ ਦਾ ਕੁੱਕਰ ਬਣ ਕੇ ਰਹੇ, ਪਰਮਾਤਮਾ ਸਾਨੂੰ ਬਲ ਬਖਸ਼ੇ। ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਣ। ਵਧਾਈ ਦੇ ਪਾਤਰ ਸੰਗਤ ਜਿਹੜੀ ਹਰ ਸਾਲ ਗੁਰੂ ਮਹਾਰਾਜ ਦੇ ਆਗਮਨ ਪੁਰਬ ਦੀ ਖੁਸ਼ੀਆਂ ਦੇ ਵਿੱਚ ਇੱਥੇ ਵੱਧ ਚੜ੍ਹ ਕੇ ਆਪਣੀਆਂ ਹਾਜ਼ਰੀਆਂ ਭਰਦੀਆਂ, ਔਰ ਉਹਦਾ ਜਿੱਥੇ ਲਾਹਾ ਆਪ ਲੈਂਦੇ ਆ ਉੱਥੇ ਮੈਂ ਸਮਝਦਾ ਕਿ ਆਪਣੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ਾਈ ਇਸ ਖਾਲਸੇ ਪੰਥ ਦੀ ਦੇ ਇਤਿਹਾਸ ਬਾਰੇ ਜਾਣੂ ਕਰਾਉਣਾ ਸਾਡਾ ਫਰਜ਼ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਖਾਲਸਾ ਪੰਥ ਤਿਆਰ ਕਰਕੇ ਗਏ, ਉਹ ਨਿਆਰਾ ਪੰਥ ਜਿਹੜਾ ਅੱਜ ਚੜ੍ਹਦੀ ਕਲਾ ਦੇ ਵਿੱਚ, ਔਰ ਮੈਂ ਸਮਝਦਾ ਕਿ ਜਿਹੜਾ ਅਸੀਂ ਅੱਜ ਤੋਂ ਦੋ ਦਿਨ ਪਹਿਲੇ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰੀਆਂ, ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਸੰਗਤ ਸੀ, ਔਰ ਉਸ ਦਿਨ ਸਭ ਤੋਂ ਰਿਕਾਰਡ ਤੋਂ ਠੰਡ ਵੀ ਸੀ। ਉਸ ਸਰਦੀ ਦੇ ਦਿਨ ਦੇ ਵਿੱਚ ਜਿੱਥੇ ਠਾਂ ਠਾਂ ਮਾਰਦਾ ਹੋਇਆ ਇਕੱਠ ਇਸ ਗੱਲ ਦਾ ਪ੍ਰਤੀਕ ਸੀ ਕਿ ਖਾਲਸਾ ਪੰਥ ਚੜ੍ਹਦੀ ਕਲਾ ਦੇ ਵਿੱਚ ਆ, ਔਰ ਉਸ ਤੋਂ ਇੱਕ ਰਾਤ ਪਹਿਲੇ ਅਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਸੀ। ਇੱਕ ਹਫ਼ਤਾ ਅਸੀਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜੇ ਮਨਾਏ, ਰਾਤ ਦੀਵਾਨ ਸਜਦੇ ਹੈ, ਔਰ ਅਗਲੇ ਦਿਨ ਸਵੇਰੇ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਅਸੀਂ ਨਗਰ ਕੀਰਤਨ ਦੇ ਵਿੱਚ ਉਮਲੀਆਂ ਪਾ ਰਹੇ ਹਾਂ। ਇਹ ਸਾਰੇ ਖੇਡ ਗੁਰੂ ਮਹਾਰਾਜ ਨੇ ਆਪ ਵਰਤਾਏ, ਔਰ ਆਪਣੇ ਖਾਲਸੇ ਨੂੰ ਹਿੰਮਤ ਬਖਸ਼ੀ ਕਿ ਹਰ ਰਜ਼ਾ ਦੇ ਵਿੱਚ ਰਹਿਣਾ, ਔਰ ਗੁਰੂ ਮਹਾਰਾਜ ਸਾਨੂੰ ਜਿੱਥੇ ਹੁਕਮ ਕਰਕੇ ਗਏ, ਗੁਰੂ ਮਹਾਰਾਜ ਨੇ ਆਪ ਕਿਹਾ ਜਿਸ ਵਕਤ ਆਪਣੇ ਚਾਰ ਸਾਹਿਬਜ਼ਾਦੇ ਸ਼ਹਾਦਤ ਹੋਈ ਕਿ ਇਹਨੇ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹ ਹਜ਼ਾਰਾਂ ਦੀ ਗਿਣਤੀ ਜਿਸ ਵਕਤ ਇਕੱਠੇ ਦੇਖੀ ਜਾਂਦੀ ਹੈ, ਉਹਦਾ ਦ੍ਰਿਸ਼ ਦਿਲ ਦੇ ਵਿੱਚ ਇਸ ਤਰ੍ਹਾਂ ਛੂੰਹਦਾ ਕਿ ਵਾਕਈ ਗੁਰੂ ਮਹਾਰਾਜ ਨੂੰ ਪਤਾ ਸੀ ਕਿ ਉਹਨਾਂ ਦਾ ਪੰਥ ਚਲਾਇਆ ਪੰਥ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ। ਗੁਰੂ ਮਹਾਰਾਜ ਨੇ ਸਾਨੂੰ ਜਿੱਥੇ ਚਾਰ ਸਾਹਿਬਜ਼ਾਦੇ ਆਪਣੇ ਦੋ ਚਮਕੌਰ ਦੀ ਗੜੀ ਦੇ ਵਿੱਚ ਜੋ ਅਤੇ ਦੋ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਨਵਾਏ, ਉਹ ਕਿਉਂਕਿ ਉਹ ਜਾਣੀ ਜਾਣ ਸੀ, ਅਵਤਾਰ ਸੀ। ਮੈਂ ਸਮਝਦਾ ਕਿ ਐਸੇ ਹੀ ਮਹਾਰਾਜ ਦੀ ਕਿਰਪਾ ਇਸ ਪਿਆਰੇ ਪੰਥ 'ਤੇ ਹੋਈ, ਔਰ ਮਹਾਰਾਜ ਸਾਨੂੰ ਆਸ਼ੀਰਵਾਦ ਦੇ ਕੇ ਗਏ, ਔਰ ਸਿਰਫ ਇੱਕੋ ਗੱਲ ਸਾਨੂੰ ਕਹਿ ਕੇ ਗਏ ਜਿਸ 'ਤੇ ਸਾਡਾ ਪੈਰਾ ਦੇਣਾ ਬਹੁਤ ਜ਼ਰੂਰੀ ਹੈ ਕਿ ਆਗਿਆ ਪਈ ਹੈ ਕਾਲ ਕੀ ਤੱਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਮਹਾਰਾਜ ਨੂੰ ਸਿਰਫ ਆਪਣਾ ਗੁਰੂ ਮੰਨਣ ਵਾਸਤੇ ਕਹਿ ਕੇ ਗਏ, ਮਹਾਰਾਜ ਨੇ ਰਹਿਤਾਂ ਦੇ ਉੱਤੇ ਸਾਨੂੰ ਪਿਆਰਾ ਦੇਣ ਦੀ ਗੱਲ ਕੀਤੀ ਹੈ। ਔਰ ਮੈਂ ਅੱਜ ਕਿਉਂਕਿ ਮੇਰਾ ਫਰਜ਼ ਬਣਦਾ, ਮੇਰੀ ਡਿਊਟੀ ਹੈ ਬਤੌਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਦੇ, ਮੈਂ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਜਿਨ੍ਹਾਂ ਨੇ ਠੰਡੇ ਬਾਟੇ ਦੀ ਪੌਲ ਨਹੀਂ ਛੱਕੀ ਉਹ ਜ਼ਰੂਰ ਖੰਡੇ ਬਾਟੇ ਦੀ ਪੌਲ ਚੱਕ ਕੇ ਆਪ ਵੀ ਜਿੱਥੇ ਗੁਰੂ ਮਹਾਰਾਜ ਦੇ ਲੜ ਲੱਗਣ, ਉਹਨਾਂ ਦੀ ਚਰਨੀ ਲੱਗਣ, ਆਪਣੇ ਬੱਚਿਆਂ ਨੂੰ ਵੀ ਗੁਰੂ ਮਹਾਰਾਜ ਦੇ ਚਰਨੇ 'ਚ ਲਾਉਣ, ਕਿਉਂਕਿ ਗੁਰੂ ਮਹਾਰਾਜ ਸਾਡੇ ਕੋਲ ਅਸੀਂ ਤਾਂ ਚਾਹੁੰਦੇ ਸੀ, ਉਹ ਅੱਜ ਆਪਣੇ ਸਾਡੇ ਬੱਚਿਆਂ ਦੇ ਵਿੱਚ ਸਾਡੇ ਵਿੱਚ ਬਾਬਾ ਅਜੀਤ ਸਿੰਘ ਦੇਖਣਾ ਚਾਹੁੰਦੇ ਹੈ, ਬਾਬਾ ਜ਼ੋਰਾਵਰ ਸਿੰਘ ਦੇਖਣਾ ਚਾਹੁੰਦੇ ਹੈ, ਬਾਬਾ ਜੁਝਾਰ ਸਿੰਘ ਦੇਖਣਾ ਚਾਹੁੰਦੇ ਹੈ, ਬਾਬਾ ਫਤਿਹ ਸਿੰਘ ਵਰਗੀ ਸ਼ਾਨ ਖਾਲਸੇ ਪੰਥ ਦੀ ਦੇਖਣਾ ਚਾਹੁੰਦੇ ਹੈ। ਸੋ ਮੈਂ ਬੇਨਤੀ ਕਰਾਂਗਾ ਕਿ ਖੰਡੇ ਬਾਟੇ ਦੀ ਪੌਲ ਚੱਕ ਕੇ ਗੁਰੂ ਵਾਲੇ ਬਣੀਏ ਤਾਂ ਹੀ ਸਾਡੇ ਪਰਬ ਮਨਾਉਣੇ ਕਾਮਯਾਬ ਹੋਣਗੇ। ਮੈਂ ਆਈਆਂ ਹੋਈਆਂ ਸੰਗਤਾਂ ਦਾ ਜਿੱਥੇ ਧੰਨਵਾਦ ਕਰਦਾ, ਇੱਕ ਵਾਰ ਮਹਾਰਾਜ ਦੇ ਆਗਮਨ ਪੁਰਬ ਦੀਆਂ
ਫਿਰ ਤੋਂ ਸਭ ਨੂੰ ਲੱਖ ਲੱਖ ਵਧਾਈ ਦਿੰਦਾ। ਬੀਤਣੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਹਿਮ ਫੈਸਲਾ ਲੈਂਦੇ ਹੋਏ ਹਰਮੀਤ ਸਿੰਘ ਕਾਲਕਾ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ। ਉਹਨਾਂ ਸੀਨੀਅਰ ਆਗੂ ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਸਰਪ੍ਰਸਤ ਨਿਯੁਕਤ ਕੀਤਾ। ਸੁਖਬੀਰ ਸਿੰਘ ਬਾਦਲ ਵੱਲੋਂ 16 ਮੈਂਬਰੀ ਵਰਕਿੰਗ ਕਮੇਟੀ ਦਾ ਵੀ ਐਲਾਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਹਿਮ ਫੈਸਲਾ ਲੈਂਦਿਆਂ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦੀ ਸੇਵਾ ਨਿਭਾ ਰਹੇ ਹਰਮੀਤ ਸਿੰਘ ਕਾਲਕਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ। ਉਹਨਾਂ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਆਗੂ ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਪਾਰਟੀ ਦੀ ਦਿੱਲੀ ਇਕਾਈ ਦਾ ਸਰਪ੍ਰਸਤ ਨਿਯੁਕਤ ਕੀਤਾ। ਸੁਖਬੀਰ ਸਿੰਘ ਬਾਦਲ ਵੱਲੋਂ 16 ਮੈਂਬਰੀ ਵਰਕਿੰਗ ਕਮੇਟੀ ਦਾ ਵੀ ਐਲਾਨ ਕੀਤਾ ਗਿਆ, ਜਿਸ ਵਿੱਚ ਅਵਤਾਰ ਸਿੰਘ ਹਿੱਤ, ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ, ਹਰਮਨਜੀਤ ਸਿੰਘ, ਰਵਿੰਦਰ ਸਿੰਘ ਖੁਰਾਣਾ, ਕੁਲਵੰਤ ਸਿੰਘ ਬਾਠ, ਭੁਪਿੰਦਰ ਸਿੰਘ ਆਨੰਦ, ਪਰਮਜੀਤ ਸਿੰਘ ਰਾਣਾ, ਹਰਵਿੰਦਰ ਸਿੰਘ ਕੇਪੀ, ਹਰਿੰਦਰਪਾਲ ਸਿੰਘ, ਅਮਰਜੀਤ ਸਿੰਘ ਪੱਪੂ, ਜਤਿੰਦਰ ਸਿੰਘ ਸ਼ੰਟੀ, ਜਤਿੰਦਰ ਸਿੰਘ ਸਾਨੀ, ਬੀਬੀ ਰਣਜੀਤ ਕੌਰ, ਪ੍ਰਿਤਪਾਲ ਸਿੰਘ ਕਪੂਰ ਅਤੇ ਐਮ ਪੀ ਐਸ ਚੱਡਾ ਨੂੰ ਸ਼ਾਮਲ ਕੀਤਾ ਗਿਆ। ਸੁਖਬੀਰ ਬਾਦਲ ਨੇ ਆਸ ਪ੍ਰਗਟਾਈ ਕਿ ਹਰਮੀਤ ਸਿੰਘ ਕਾਲਕਾ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਵਰਕਿੰਗ ਕਮੇਟੀ ਸਾਰੇ ਜ਼ਰੂਰੀ ਫੈਸਲੇ ਲਵੇਗੀ। ਇਸ ਮੌਕੇ ਹਰਮੀਤ ਸਿੰਘ ਕਾਲਕਾ ਅਤੇ ਹਿੱਤ ਨੇ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੀ ਅਸੀਂ ਸੀਨੀਅਰ ਲੀਡਰਸ ਦੀ ਗੱਲ ਮੀਟਿੰਗ ਕੀਤੀ ਅਤੇ ਉਹਦੇ ਫੈਸਲਾ ਕੀਤਾ। ਸਰ ਹਰਮੀਤ ਸਿੰਘ ਕਾਲਕਾ ਹੁਣ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਸਾਡੇ ਪ੍ਰੈਜੀਡੈਂਟ ਹੋਣਗੇ ਅਤੇ ਸਰ ਅਵਤਾਰ ਸਿੰਘ ਹਿੱਤ ਜੋ ਸਭ ਤੋਂ ਸਾਰੇ ਸੀਨੀਅਰ ਹੈ ਉਹ ਸਰਪ੍ਰਸਤ ਹੋਣਗੇ। ਉਹਨਾਂ ਦੀ ਸਾਰੀ ਛਤਰ ਸ਼ਾਇਦ ਅਤੇ ਉਹਦੇ ਬਾਅਦ ਅਸੀਂ ਇੱਕ ਵਰਕਿੰਗ ਕਮੇਟੀ ਬਣਾਈ ਹੈ ਜਿਹੜੀ ਵਰਕਿੰਗ ਕਮੇਟੀ ਸਾਰੇ ਫੈਸਲੇ ਬਹਿ ਕੇ ਲਊਗੀ ਜੋ ਵੀ ਪਾਰਟੀ ਦੀ ਐਕਟੀਵਿਟੀਜ਼ ਆ ਕੀ ਕਰਨੀ ਹੈ ਸਾਰੀ ਹੈ। ਸੋ ਵਰਕਿੰਗ ਕਮੇਟੀ ਦੇ ਮੈਂਬਰ ਜਿਹੜੀ ਕਮੇਟੀ ਬਣਾਈ ਗਈ ਹੈ ਉਹਦੇ ਸਰ ਅਵਤਾਰ ਸਿੰਘ ਹਿੱਤ, ਸਰ ਮਨਜਿੰਦਰ ਸਿੰਘ ਸਿਰਸਾ, ਸਰ ਹਰਮੀਤ ਸਿੰਘ ਕਾਲਕਾ, ਸਰ ਹਰਮਨਜੀਤ ਸਿੰਘ ਜੀ, ਸਰ ਰਵਿੰਦਰ ਸਿੰਘ ਖੁਰਾਣਾ, ਸਰ ਕੁਲਵੰਤ ਸਿੰਘ ਬਾਠ, ਸਰ ਭੁਪਿੰਦਰ ਸਿੰਘ ਆਨੰਦ, ਸਰ ਪਰਮਜੀਤ ਸਿੰਘ ਰਾਣਾ, ਸਰ ਹਰਵਿੰਦਰ ਸਿੰਘ ਕੇਪੀ, ਹਰਿੰਦਰਪਾਲ ਸਿੰਘ ਜੀ, ਸਰ ਅਮਰਜੀਤ ਸਿੰਘ ਪੱਪੂ, ਸਰ ਜਤਿੰਦਰ ਸਿੰਘ ਸ਼ੰਟੀ, ਸਰ ਜਤਿੰਦਰ ਸਿੰਘ ਸਾਨੀ, ਬੀਬੀ ਰਣਜੀਤ ਕੌਰ ਜੀ, ਸਰ ਪ੍ਰਿਤਪਾਲ ਸਿੰਘ ਕਪੂਰ ਅਤੇ ਸਰ ਐਮ ਪੀ ਐਸ ਚੱਡਾ ਜੀ। ਆਹ ਵਰਕਿੰਗ ਕਮੇਟੀ 16 ਬੰਦਿਆਂ ਦੀ ਬਣਾਈ ਹੈ ਜਿਹੜੇ ਸਾਰੀ ਪਾਰਟੀ ਦੀ ਜੋ ਪੋਲਿਸੀਜ਼ ਹੈ ਕੀ ਪ੍ਰੋਗਰਾਮ ਹੈ ਸਾਰੀ ਵਰਕਿੰਗ ਕਮੇਟੀ ਬਹਿ ਕੇ ਕਰਿਆ ਕਰੂਗੀ। ਅੱਜ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਦਿੱਲੀ ਅਕਾਲੀ ਦਲ ਦੇ ਯੂਨਿਟ ਵਾਸਤੇ ਅਹਿਮ ਫੈਸਲਾ ਲੈਂਦੇ ਹੋਏ ਸਾਡੇ ਨੌਜਵਾਨ ਦੋਸਤ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੂੰ ਪ੍ਰਧਾਨ ਦੇ ਰੂਪ ਅੰਦਰ ਅਤੇ ਸਰਦਾਰ ਅਵਤਾਰ ਸਿੰਘ ਹਿੱਤ ਸਾਹਿਬ ਨੂੰ ਸਰਪ੍ਰਸਤ ਦੇ ਰੂਪ ਅੰਦਰ ਜਿਹੜੇ ਸਾਡੇ ਸਭ ਤੋਂ ਸੀਨੀਅਰ ਆਗੂ ਨੇ ਔਰ ਸਾਡੇ ਮਾਰਗਦਰਸ਼ਕ, ਮੈਂ ਇਹਨਾਂ ਨੂੰ ਜਿੱਥੇ ਵਧਾਈ ਦਿੰਦਾ ਹੈ ਉੱਥੇ ਆਉਣ ਵਾਲੀਆਂ ਚੋਣਾਂ ਦੇ ਅੰਦਰ, ਆਉਣ ਵਾਲੇ ਵਿਧਾਨ ਸਭਾ ਦੇ ਇਲੈਕਸ਼ਨਾਂ ਦੇ ਅੰਦਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਹੂਗਾ। ਔਰ ਸਾਨੂੰ ਪੂਰਾ ਯਕੀਨ ਆ ਕਿ ਦਿੱਲੀ ਦੇ ਅੰਦਰ ਜੋ ਅੱਜ ਅਸੀਂ ਇੱਕ ਸੀਟ 'ਤੇ ਹਾਂ, ਆਉਣ ਵਾਲੇ ਦਿਨਾਂ ਦੇ ਅੰਦਰ ਅਸੀਂ ਚਾਰੇ ਸੀਟਾਂ ਜਿੱਤਣ 'ਚ ਵੀ ਕਾਮਯਾਬੀ ਹਾਸਲ ਕਰਾਂਗੇ। ਆਉਣ ਵਾਲੇ ਸਮੇਂ ਦੇ ਅੰਦਰ ਅਕਾਲੀ ਦਲ ਦੇ ਅੰਦਰ ਨੌਜਵਾਨ ਪੀੜ੍ਹੀ ਨੂੰ ਜੋ ਸਾਡੇ ਪੂਰੇ ਦੇਸ਼ ਦੇ ਮੁੱਦੇ ਨੇ, ਸਿੱਖੀ ਦੇ ਮੁੱਦੇ ਨੇ, ਪੰਜਾਬੀਅਤ ਦੇ ਮੁੱਦੇ ਨੇ, ਉਹਨਾਂ 'ਤੇ ਹਮੇਸ਼ਾ ਹੀ ਅਕਾਲੀ ਦਲ ਨੇ ਬਹੁਤ ਜ਼ੋਰ ਨਾਲ ਪਹਿਰਾ ਦਿੱਤਾ ਹੈ। ਔਰ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਦੀ ਔਰ ਸਰਦਾਰ ਅਵਤਾਰ ਸਿੰਘ ਹਿੱਤ ਸਾਹਿਬ ਦੀ ਸਰਪ੍ਰਸਤੀ ਅੰਦਰ ਅਸੀਂ ਗਾਂਹ ਵੀ ਇਸੇ ਤਰ੍ਹਾਂ ਇਹਨਾਂ 'ਤੇ ਪੂਰਾ ਡੱਟ ਕੇ ਪਹਿਰਾ ਦੇਵਾਂਗੇ। ਜਿੱਥੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਉੱਥੇ ਕਾਮਨਾ ਵੀ ਕਰਦਾ ਕਿ ਇਹ ਬਹੁਤ ਹੀ ਦੋਵਾਂ ਦੇ ਸਹਿਯੋਗ ਦੇ ਨਾਲ ਇਹ ਕਾਮਯਾਬੀ ਅਕਾਲੀ ਦਲ ਨੂੰ ਬਹੁਤ ਵੱਡੀ ਕਾਮਯਾਬੀ ਮਿਲੇ ਇਹਦੇ ਵਾਸਤੇ ਮੈਂ ਕਾਮਨਾ ਵੀ ਕਰਦਾ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਜਿਨ੍ਹਾਂ ਨੇ ਅਹਿਮ ਜ਼ਿੰਮੇਵਾਰੀ ਦਿੱਲੀ ਦੀ ਬਤੌਰ ਪ੍ਰਧਾਨਗੀ ਦੀ ਮੈਨੂੰ ਦਿੱਤੀ ਹੈ ਪਾਰਟੀ ਦੀ। ਔਰ ਦਿੱਲੀ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਚੋਣਾਂ ਉਹਦੇ ਬਾਰੇ ਸਾਡੀ ਕਮੇਟੀ ਬਣਾਤੀ ਗਈ ਹੈ ਜਿਹਦੇ ਵਿੱਚ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ, ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਔਰ ਸਰਦਾਰ ਸ਼੍ਰੀ ਨਰੇਸ਼ ਗੁਜਰਾਲ ਜੀ ਜਿਹੜੇ ਕੋਆਰਡੀਨੇਟ ਕਰਨਗੇ ਔਰ ਉਹਨਾਂ ਦੇ ਨਾਲ ਅਸੀਂ ਮਿਲ ਕੇ ਸਹਿਯੋਗ ਕਰਾਂਗੇ। ਜਿਹੜੇ ਜਿਹੜੇ ਵੀ ਸਾਡੇ ਕੋਲੋਂ ਬਾਇਓਡਾਟਾਜ਼ ਆਏ ਹੋਏ ਨੇ ਜਿਨ੍ਹਾਂ ਨੇ ਮੰਗ ਕੀਤੀ ਹੈ ਸੀਟਾਂ ਦੇ ਉੱਤੇ, ਅਸੀਂ ਉਹਦੇ ਉੱਤੇ ਬਿਲਕੁਲ ਐਨਾਲਾਈਜ਼ ਕਰਕੇ ਉਹਦੀ ਸਰਵੇ ਕਰਾ ਕੇ ਉਸ ਹਿਸਾਬ ਦੇ ਨਾਲ ਇਹ ਮੰਗ ਰੱਖਾਂਗੇ ਔਰ 2-3 ਦਿਨਾਂ ਦੇ ਵਿੱਚ ਇਸ ਪ੍ਰੋਸੀਜਰ ਨੂੰ ਫੋਲੋ ਕੀਤਾ ਜਾਏਗਾ। ਮੈਂ ਸਮਝਦਾ ਕਿ ਨੌਜਵਾਨ ਵਰਗ ਨੂੰ ਇੱਕ ਵੱਡੀ ਤਾਕਤ ਮਿਲੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੱਥੇ ਵਿਧਾਨ ਸਭਾ ਦੀ ਚੋਣਾਂ ਵੀ ਜਿੱਤਾਂਗੇ ਔਰ ਗੁਰੂ ਘਰ ਦੀਆਂ ਸੇਵਾਵਾਂ ਦੇ ਵਿੱਚ ਵੀ ਆਪਣਾ ਪੂਰਾ ਤਨਦੇਹੀ ਦੇ ਨਾਲ ਇਹ ਕੰਮ ਕਰ ਸਕਾਂਗੇ। ਇਹਦਾ ਫੈਸਲਾ ਹਾਲੇ ਪਾਰਟੀ ਲਏਗੀ। ਮੈਂ ਦੱਸਿਆ ਜਿਹੜੀ 3 ਮੈਂਬਰੀ ਕਮੇਟੀ ਬਣੀ ਹੈ ਉਹ ਸਰਵੇ ਕਰਾਉਣਗੇ, ਉਹਨਾਂ ਨੂੰ ਸਮਝ ਆਏਗਾ ਅਤੇ ਜੋ ਆਦੇਸ਼ ਦੇਣਗੇ ਅਸੀਂ ਉਸ ਹਿਸਾਬ ਨਾਲ ਕੰਮ ਕਰਾਂਗੇ। ਦੇਖੋ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਫੈਸਲਾ ਲਿਆ ਉਹਨੇ ਔਰ ਅੱਜ ਦਿੱਲੀ ਦੀ ਬਹੁਤ ਚਿਰਾਂ ਦੇ ਲਟਕੀ ਹੋਈ ਜਿਹੜੀ ਸੀ ਗੱਲ ਸੀ ਅੱਜ ਪਾਰਟੀ ਦੀ ਕਿ ਪ੍ਰਧਾਨ ਨਹੀਂ ਪਾਰਟੀ ਦਾ, ਪਾਰਟੀ ਕੋਈ ਕਿਸੇ ਕੋਈ ਜਥੇਬੰਦੇ ਕੋਈ ਸਿਸਟਮ ਹੈ ਹੀ ਨਹੀਂ ਸੀ ਔਰ ਇਸ ਕਰਕੇ ਬੜੇ ਪਰੇਸ਼ਾਨੀਆਂ ਵਿੱਚ ਫਸੀ ਸੀ ਪਾਰਟੀ, ਵਰਕਰ ਫਸਿਆ ਹੋਇਆ ਸੀ। ਅੱਜ ਉਹਨਾਂ ਨੇ ਬੜਾ ਵੱਡਾ ਫੈਸਲਾ ਲੈ ਕੇ ਪਾਰਟੀ ਜੀ ਉਹਨਾਂ ਨੇ ਬਣਾਤੀ ਹੈ ਨਵੀਂ ਜਥੇਬੰਦੀ
ਉਹਦੇ ਵਿੱਚ ਉਹਨਾਂ ਨੇ ਸਰਪ੍ਰਸਤ ਵੀ ਬਣਾਤਾ, ਪ੍ਰਧਾਨ ਵੀ ਬਣਾਤਾ, ਵਰਕਿੰਗ ਕਮੇਟੀ ਵੀ ਬਣਾਤੀ ਹੈ ਔਰ ਨਾਲ ਹੋਰ ਦੋ ਕਮੇਟੀਆਂ ਬਣਾ ਕੇ ਪੀਲੀ ਭੇਜ ਦੀ ਅਤੇ ਮੱਧਿਆ ਪ੍ਰਦੇਸ਼ ਅਤੇ ਮਗਮਾ ਮੱਠ ਦੀ ਉਹ ਵੀ ਬਣਾ ਨਾਲ ਕਮੇਟੀਆਂ ਬਣਾਤੀਆਂ ਅਤੇ ਨਾਲ ਤਿੰਨ ਮੈਂਬਰੀ ਕਮੇਟੀ ਹੋਰ ਚੰਦੂਮਾਜਰਾ ਸਾਹਿਬ ਅਤੇ ਭੁੰਦੜ ਸਾਹਿਬ ਅਤੇ ਆਪਣਾ ਉਹ ਨਰੇਸ਼ ਗੁਜਰਾਲ ਦੀ ਉਹ ਵੀ ਬਣਾਤੀ ਹੈ ਇਲੈਕਸ਼ਨ ਵਾਸਤੇ ਬੀਜੇਪੀ ਨਾਲ ਗੱਲਬਾਤ ਕਰਨ ਵਾਸਤੇ ਕੋਆਰਡੀਨੇਟਰ ਕਮੇਟੀ ਬਣਾਈ ਆ। ਅੱਜ ਦਾ ਦਿਨ ਬਹੁਤ ਭਾਗਾਂ ਵਾਲਾ, ਅਸੀਂ ਚਾਹ ਮੈਨੂੰ ਖੁਸ਼ੀ ਆ ਕਿ ਅਸੀਂ ਮਿਲ ਕੇ ਰਲ ਕੇ ਸਾਰੇ ਇਕੱਠੇ ਹੋ ਕੇ ਪਾਰਟੀ ਦਾ ਕੰਮ ਕਰਾਂਗੇ ਔਰ ਸਾਡੇ ਕੋਲ ਸਮਾਂ ਕਾਫੀ ਖੁੱਲ੍ਹਾ ਪਿਆ, ਅਸੀਂ ਰਾਤ ਦਿਨ ਮਿਹਨਤ ਕਰਕੇ ਪਾਰਟੀ ਨੂੰ ਸਮਾਂ 'ਤੇ ਰਹੇ ਹੁਣੇ ਚੋਣਾਂ ਜਿੱਤਾਂਗੇ ਔਰ ਧੂਮਧਾਮ ਨਾਲ ਜਿੱਤਾਂਗੇ, ਵੱਡੀ ਗਿਣਤੀ ਜਿੱਤ ਕੇ ਆਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਿਯੁਕਤ ਕੀਤੇ ਜਾਣ ਤੋਂ ਬਾਅਦ ਅਵਤਾਰ ਸਿੰਘ ਹਿੱਤ ਨੇ ਬਤੌਰ ਸਰਪ੍ਰਸਤ ਅਤੇ ਹਰਮੀਤ ਸਿੰਘ ਕਾਲਕਾ ਨੇ ਬਤੌਰ ਪ੍ਰਧਾਨ ਦਿੱਲੀ ਇਕਾਈ ਦੇ ਅਹੁਦੇ ਸੰਭਾਲੇ। ਇਸ ਸਮਾਗਮ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਸ਼ਿਰਕਤ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਿਯੁਕਤ ਕੀਤੇ ਜਾਣ ਤੋਂ ਬਾਅਦ ਅਵਤਾਰ ਸਿੰਘ ਹਿੱਤ ਨੇ ਬਤੌਰ ਸਰਪ੍ਰਸਤ ਅਤੇ ਹਰਮੀਤ ਸਿੰਘ ਕਾਲਕਾ ਨੇ ਬਤੌਰ ਪ੍ਰਧਾਨ ਦਿੱਲੀ ਇਕਾਈ ਦੇ ਅਹੁਦੇ ਸੰਭਾਲੇ ਨੇ। ਇਸ ਸੰਬੰਧੀ ਕਰਵਾਈ ਇੱਕ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੂਰੀ ਦੁਨੀਆ ਵਿੱਚ ਸਿੱਖ ਕੌਮ ਦੀ ਇਕਲੌਤੀ ਪ੍ਰਤੀਨਿਧ ਪਾਰਟੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ ਅੰਦਰ ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਦੀ ਲੜਾਈ ਲੜੀ ਹੈ, ਉੱਥੇ ਹੀ ਹੁਣ ਪਾਕਿਸਤਾਨ, ਅਫਗਾਨਿਸਤਾਨ ਸਮੇਤ ਸਾਰੀ ਦੁਨੀਆ ਵਿੱਚ ਇਹ ਸਿੱਖਾਂ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੀ ਲੜਾਈ ਸਿਰਫ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਲੜੀ। ਇਸ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਗਵਾਈ ਕੀਤੀ ਅਤੇ ਅੱਜ ਇਸ ਦੇ ਦੋਸ਼ੀ ਜੇਲ੍ਹਾਂ ਵਿੱਚ ਪਹੁੰਚੇ ਹੋਏ ਨੇ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਅਸੀਂ ਦੁਨੀਆ ਵਿੱਚ ਵੱਖ ਵੱਖ ਥਾਵਾਂ ਉੱਤੇ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਵਾਸਤੇ ਸੰਜੀਦਗੀ ਨਾਲ ਯਤਨ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ। ਇਸ ਮੌਕੇ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਨੇ ਹਰੇਕ ਵਿੱਚ ਫਤਿਹ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਵੀ ਇੱਕ ਤਰ੍ਹਾਂ ਦੀ ਜੰਗ ਹੈ ਅਤੇ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੰਨੀਆਂ ਵੀ ਸੀਟਾਂ ਉੱਤੇ ਚੋਣਾਂ ਲੜੇਗਾ ਜਿੱਤ ਹਾਸਲ ਕਰੇਗਾ। ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਾਲਕਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਹਿਲਾਂ ਦਿੱਲੀ ਕਮੇਟੀ ਵਿੱਚ ਸੇਵਾ ਦਾ ਮੌਕਾ ਮਿਲਿਆ ਸੀ ਤਾਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਆ ਰਿਹਾ ਸੀ ਅਤੇ ਹੁਣ ਜਦੋਂ ਦਿੱਲੀ ਵਿੱਚ ਪਾਰਟੀ ਪ੍ਰਧਾਨ ਵਜੋਂ ਸੇਵਾ ਮਿਲੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ 100ਵਾਂ ਸਥਾਪਨਾ ਦਿਵਸ ਆ ਰਿਹਾ ਜੋ ਅਸੀਂ ਪੂਰੇ ਉਤਸ਼ਾਹ ਅਤੇ ਖੁਸ਼ੀਆਂ ਨਾਲ ਮਨਾਵਾਂਗੇ। ਜਥੇਦਾਰ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਸੌਂਪੀ ਹੈ ਉਸ ਉੱਤੇ ਪਹਿਰਾ ਦਿੰਦਿਆਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹੋਏ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਸਾਹਿਬਾਨ ਔਰ ਉਹ ਲੋਕ ਜਿਨ੍ਹਾਂ ਕਰਕੇ ਅੱਜ ਦਿੱਲੀ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਆ, ਉਹਨਾਂ ਸਾਰਿਆਂ ਨੂੰ ਮਿਲ ਕੇ ਸਰਦਾਰ ਹਰਮੀਤ ਸਿੰਘ ਜੀ ਦਾ ਜਿਹਦਾ ਸਾਡੇ ਅਵਤਾਰ ਸਿੰਘ ਜੀ ਹਿੱਤ ਸਾਹਿਬ ਦਾ ਅੱਜ ਤੇ ਸਵਾਗਤ ਕੀਤਾ ਹੈ। ਉੱਥੇ ਹੀ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਦਿੱਤੀ ਆ ਉਹਦੇ ਵਾਸਤੇ ਉਹਨਾਂ ਨੂੰ ਉਹ ਜ਼ਿੰਮੇਵਾਰੀ ਸੰਭਾਲਣ ਵਾਸਤੇ ਇੱਥੇ ਪਹੁੰਚੇ। ਮੈਂ ਵਧਾਈ ਦਿੰਦਾ ਹੈ ਔਰ ਸਾਨੂੰ ਬੜਾ ਯਕੀਨ ਆ ਜਿੱਥੇ ਅਵਤਾਰ ਸਿੰਘ ਹਿੱਤ ਸਾਹਿਬ ਦੀ ਬਹੁਤ ਦੂਰ ਅੰਦੇਸ਼ੀ, ਉਹਨਾਂ ਦੇ ਪੁਰਾਣੇ ਤਜ਼ਰਬਾ ਔਰ ਉਹਨਾਂ ਦੀ ਸਿੱਖਿਆ ਦੇ ਨਾਲ ਸਾਡੇ ਨੌਜਵਾਨ ਦੋਸਤ ਹਰਮੀਤ ਸਿੰਘ ਕਾਲਕਾ ਜੀ ਜਿਨ੍ਹਾਂ ਦੀ ਬੜੀ ਕਾਬਲੀਅਤ ਆ, ਜਿਨ੍ਹਾਂ ਨੇ ਪਹਿਲਾਂ ਵੀ ਆਪਣੇ ਦਿੱਲੀ ਦੇ ਅੰਦਰ ਆਪਣੇ ਦੋਹੇ ਨੂੰ ਬਣਾਇਆ ਹੈ, MLA ਰਹਿ ਕੇ ਦੋ ਵਾਰ ਦਿੱਲੀ ਕਮੇਟੀ ਦੇ ਮੈਂਬਰ ਰਹਿ ਕੇ ਔਰ ਉਹਨਾਂ ਦੀ ਇਸ ਕਾਬਲੀਅਤ ਦੇ ਚੱਲਦੇ ਦਿੱਲੀ ਦੇ ਅੰਦਰ ਅਕਾਲੀ ਦਲ ਦਾ ਵਜੂਦ ਜਿਹੜਾ ਹੋਰ ਕਾਇਮ ਹੋਊਗਾ ਔਰ ਸਾਡਾ ਅੱਜ ਤੋਂ ਪੁਰਾਣੇ ਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ, ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਅਸੀਂ 40 ਦੀਆਂ 46 ਸੀਟਾਂ ਦਿੱਲੀ ਦੇ ਅੰਦਰ ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣ ਹੋਣੀ ਆ ਉਹਦੇ ਅੰਦਰ ਅਸੀਂ ਅਕੀਦਾ ਕਰਕੇ ਚੱਲਣਾ ਹੈ। ਇੱਕ ਵੀ ਸੀਟ ਜਿਹੜੀ ਆ ਉਹ ਦੂਜੀ ਨਹੀਂ ਹੋਣੀ ਚਾਹੀਦੀ। 46 ਮੈਂਬਰ ਇੱਕੋ ਸੋਚ ਦੇ, ਇੱਕੋ ਤਰੀਕੇ ਦੇ ਔਰ ਜਿਹੜੇ ਇਸ ਦਿੱਲੀ ਦੇ ਅੰਦਰ ਇਸੇ ਤਰ੍ਹਾਂ ਲੜਾਈ ਨੂੰ ਲੜ ਸਕਣ। ਮੈਂ ਕਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋਸ਼ ਦੇ ਨਾਲ ਇੱਥੇ ਸੰਗਤ ਪਹੁੰਚੀ ਹੈ। ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹ ਸਾਰੇ ਅਕਾਲੀ ਦਲ ਦੇ ਉਹ ਵਰਕਰ ਨੇ ਜਿਨ੍ਹਾਂ ਨੇ ਹਮੇਸ਼ਾ ਸਾਰੀ ਲੜਾਈ ਅੱਗੇ ਵੱਧ ਕੇ ਲੜੀ ਹੈ। ਮੈਂ ਇਹਨਾਂ ਦਾ ਤੇ ਦਿਲੋਂ ਧੰਨਵਾਦ ਕਰਦਾ ਔਰ ਇੰਨੀ ਵੱਡੀ ਗਿਣਤੀ ਦੇ ਵਿੱਚ ਇੰਨੇ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਇੱਥੇ ਪਹੁੰਚੇ ਨੇ, ਇਹ ਅਕਾਲੀ ਦਲ ਦਾ ਜਜ਼ਬਾ ਹੈ ਔਰ ਅਕਾਲੀ ਦਲ ਨੇ ਜਿਹੜਾ ਮਾਣ ਬਖਸ਼ਿਆ ਮੈਨੂੰ ਉਹ ਜੋੜ ਜ਼ਿੰਮੇਵਾਰੀ ਦਿੱਤੀ ਹੈ। ਅਸੀਂ ਸਾਰੇ ਮਿਲ ਕੇ ਅਕਾਲੀ ਦਲ ਦੀ ਚੜ੍ਹਨ ਦੀ ਗੱਲ ਬਹੁਤ ਵੱਡਾ ਜੋਸ਼ ਹੈ ਵਰਕਰਾਂ ਦੇ ਵਿੱਚ ਔਰ ਪਾਰਟੀ ਹਾਈਕਮਾਂਡ ਫੈਸਲਾ ਕਰੇਗੀ ਕਿਉਂਕਿ ਸਾਡੀ ਕੋਰ ਵੱਡੀ ਟੀਮ ਬਣਾਤੀ ਗਈ ਹੈ ਸਰਦਾਰ ਬਲਵਿੰਦਰ ਸਿੰਘ ਭੁੰਦੜ ਔਰ ਨਰੇਸ਼ ਗੁਜਰਾਲ ਜੀ, ਚੰਦੂ ਮਾਜਰਾ ਜੀ ਨੇ ਮਿਲ ਕੇ ਉਹਨਾਂ ਨਾਲ ਮਿਲ ਕੇ ਸਲਾਹ ਕਰਾਂਗੇ ਔਰ ਫੈਸਲਾ ਇਹਦਾ 2 ਦਿਨਾਂ ਦੇ ਵਿੱਚ ਵਿੱਚ ਕਰਾਂਗੇ। ਮੈਂ ਸਮਝਣਾ ਪਾਰਟੀ ਨੇ ਬਹੁਤ ਵੱਡਾ ਸੋਚ ਦੇ ਨਾਲ ਜੁੰਮਰ ਦਿੱਤੀ ਆ। ਅੱਜ ਇਹਨਾਂ ਹਾਲਾਤਾਂ ਦੇ ਵਿੱਚ ਹਾਲਾਤ ਬੜੇ ਠੀਕ ਨਹੀਂ ਹੈ, ਉਹਨਾਂ ਹਾਲਾਤਾਂ ਦੇ ਵਿੱਚ ਜ਼ਿੰਮੇਵਾਰੀ ਮਿਲੀ ਆ, ਲੇਕਿਨ ਮੈਂ ਇਹ ਜ਼ਰੂਰ ਮਹਿਸੂਸ ਕਰਦਾ ਕਿ ਮੈਂ ਆਪਣੇ ਪੂਰੇ ਤਜਰਬੇ ਦੇ ਨਾਲ ਸੰਗਤਾਂ ਦੇ ਵਿੱਚ ਜਾ ਕੇ ਜਥੇਬੰਦਕ ਢਾਂਚਾ ਤਗੜਾ ਮਜ਼ਬੂਤ ਕਰਾਂਗੇ ਔਰ ਸਾਡੇ ਕੋਲ ਸਮਾਂ ਜੇ ਹੈ ਇੰਨਾ ਤਗੜਾ ਕਰ ਦਾਂਗੇ ਕਿ ਆਉਣ ਵਾਲੇ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੂਰੀਆਂ ਸੀਟਾਂ ਤੋਂ ਜਿੱਤ ਕੇ ਆਊਗਾ।
ਔਰ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਚੋਣ ਲੜਨੀ ਆ ਔਰ ਜਿੰਨੀਆਂ ਸੀਟਾਂ ਮਿਲਣੀਆਂ ਉਹ ਜਿੱਤ ਕੇ ਆਵਾਂਗੇ। ਬੀਤਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਮਿਲਿਆ ਅਤੇ ਇੱਕ ਮੈਮੋਰੈਂਡਮ ਸੌਂਪਿਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਕਿਸਤਾਨ ਸਥਿਤ ਸਿੱਖਾਂ ਦੇ ਪਵਿੱਤਰ ਸਥਾਨ ਨਨਕਾਣਾ ਸਾਹਿਬ 'ਤੇ ਹਮਲਾ ਹੋਇਆ ਹੈ ਅਤੇ ਪੇਸ਼ਾਵਰ 'ਚ ਇੱਕ ਸਿੱਖ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ, ਜੋ ਮਦਭਾਗੀ ਘਟਨਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੇ ਇੱਕ ਵਫਦ ਨੇ ਪਾਕਿਸਤਾਨ 'ਚ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਉੱਤੇ ਮੁਸਲਿਮ ਭੀੜ ਵੱਲੋਂ ਕੀਤੇ ਕਥਿਤ ਹਮਲੇ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ ਅਤੇ ਇੱਕ ਮੈਮੋਰੈਂਡਮ ਉਹਨਾਂ ਨੂੰ ਸੌਂਪਿਆ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਕਿਸਤਾਨ ਸਥਿਤ ਸਿੱਖਾਂ ਦੇ ਪਵਿੱਤਰ ਸਥਾਨ ਨਨਕਾਣਾ ਸਾਹਿਬ ਉੱਤੇ ਹਮਲਾ ਅਤੇ ਪੇਸ਼ਾਵਰ 'ਚ ਇੱਕ ਸਿੱਖ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਮੰਦਭਾਗੇ ਨੇ। ਉਹਨਾਂ ਕਿਹਾ ਕਿ ਭਾਰਤ ਸਰਕਾਰ ਇਸ ਮਾਮਲੇ 'ਚ ਗੁਆਂਢੀ ਮੁਲਕ ਦੀ ਸਰਕਾਰ ਉੱਤੇ ਦਬਾਅ ਬਣਾਏ ਤਾਂ ਜੋ ਜ਼ਿੰਮੇਵਾਰਾਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇ। ਅੱਜ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਟਨਾ ਸਾਹਿਬ ਤਖ਼ਤ ਕਮੇਟੀ ਕੇ ਸਾਰੇ ਜੋ ਪ੍ਰਧਾਨ ਹੈ ਹਮਾਰੇ ਸਾਥ, ਅੱਜ ਐਕਸਟਰਨਲ ਅਫੇਅਰਸ ਮਿਨਿਸਟਰ ਕੋ ਮਿਲੇ, ਉਨਕੋ ਸਟਰੋਂਗਲੀ ਜੋ ਸੈਂਟੀਮੈਂਟਸ ਹੈ ਸਿੱਖ ਕਮਿਊਨਿਟੀ ਕੇ, ਜੋ ਪਾਕਿਸਤਾਨ ਮੇਂ ਨਨਕਾਣਾ ਸਾਹਿਬ ਜੋ ਹਮਾਰਾ ਹੋਲੀਐਸਟ ਸ਼ਰਾਈਨ ਹੈ, ਵਹਾਂ ਪਾਕਿਸਤਾਨ ਕੇ ਲੋਗੋ ਨੇ ਉਸ ਮੇਂ ਹਮਲਾ ਕੀਆ ਔਰ ਥ੍ਰੈਟਨ ਕੀਆ ਉਸਕੋ ਡਿਸਟਰੋਏ ਕਰਨੇ ਕੇ ਲੀਏ, ਯੇ ਇੱਕ ਬਹੁਤ ਇਮੋਸ਼ਨਲ ਪੂਰੀ ਸਿੱਖ ਕਮਿਊਨਿਟੀ ਮੇਂ ਗੁੱਸਾ ਪਾਕਿਸਤਾਨ ਕੇ ਖਿਲਾਫ਼ ਹੈ ਕਿ ਉਹ ਮਾਈਨੋਰਿਟੀ ਜੋ ਵਹਾਂ ਰਹਿ ਰਹੀ ਹੈ ਉਨਕੋ ਇਹ ਸੈਂਸ ਔਫ ਇਨਸਿਕਿਉਰਿਟੀ, ਔਰ ਬੜੀ ਬਾਤ ਹੈ ਜੋ ਹਮਾਰਾ ਰਿਲੀਜੀਅਸ ਹੋਲੀਐਸਟ ਔਫ ਹੋਲੀਐਸਟ ਪਲੇਸ ਹੈ ਨਨਕਾਣਾ ਸਾਹਿਬ, ਅਗਰ ਉਹ ਸੇਫ ਨਹੀਂ ਹੈ ਤਾਂ ਇਹ ਇੱਕ ਬਹੁਤ ਬੜੀ ਸਟਰੋਂਗ ਰਿਜੈਂਟਮੈਂਟ ਹਮਾਰੀ ਕਮਿਊਨਿਟੀ ਮੇਂ ਹੈ। ਹਮਨੇ ਰਿਕੁਐਸਟ ਕੀਆ ਹੈ ਐਕਸਟਰਨਲ ਅਫੇਅਰਸ ਮਿਨਿਸਟਰ ਕੋ ਕਿ ਉਹ ਪਾਕਿਸਤਾਨ ਪ੍ਰਾਈਮ ਮਿਨਿਸਟਰ ਸੇ ਬਾਤ ਕਰੇ, ਉਨਕੀ ਗਵਰਨਮੈਂਟ ਸੇ ਬਾਤ ਕਰੇ ਔਰ ਇਹ ਸਟ੍ਰਿਕਟ ਐਕਸ਼ਨ ਲਿਆ ਜਾਏ, ਐਸਾ ਇਗਜ਼ਾਮਪਲ ਅਗਰ ਔਰ ਐਸਾ ਇਗਜ਼ਾਮਪਲ ਦੁਬਾਰਾ ਨਾ ਕਮੀ ਹੋ। ਔਰ ਵੀ ਬੜੀ ਬਾਤ ਹੈ, ਇੱਕ ਤਾਂ ਹਮਾਰਾ ਗੁਰੂ ਘਰ ਮੇਂ ਉਨਕਾ ਅਟੈਕ ਕੀਆ ਔਰ ਦੂਸਰੀ ਬਾਤ ਇੱਕ ਹਮਾਰਾ ਸਿੱਖ ਭਾਈ ਉਸਕੋ ਪਾਕਿਸਤਾਨ ਮੇਂ ਕਤਲ ਕੀਆ ਗਿਆ। ਇਹ ਇੱਕ ਚੇਨ ਰਿਐਕਸ਼ਨ ਉਹ ਪਾਕਿਸਤਾਨ ਮੇਂ ਚੱਲ ਰਿਹਾ ਹੈ, ਇਹ ਬੜਾ ਅਨਫੋਰਚੁਨੇਟ ਹੈ। ਵਹਾਂ ਮਾਈਨੋਰਟੀਜ਼ ਪਾਕਿਸਤਾਨ ਮੇਂ ਬੜੀ ਅਨਸੇਫ ਹੈ ਔਰ ਗਵਰਨਮੈਂਟ ਆਫ ਇੰਡੀਆ ਕੋ ਹਮਨੇ ਇਹ ਵੀ ਰਿਕੁਐਸਟ ਕੀਆ ਕਿ ਇਹ ਮੈਟਰ UN ਮੇਂ ਲੈ ਕੇ ਜਾਣਾ ਚਾਹੀਏ ਕਿ UN ਮੇਂ ਕਿ ਪਾਕਿਸਤਾਨ ਕੇ ਅੰਦਰ ਜੋ ਮਾਈਨੋਰਟੀਜ਼ ਹੈ, ਬਾਕੀ ਰਿਲੀਜੀਅਸ ਮਾਈਨੋਰਟੀਜ਼ ਹੈ, ਉਹ ਬੜੀ ਅਨਸੇਫ ਹੈ, ਉਨਕੇ ਉੱਪਰ ਅਟੈਕਸ ਹੋ ਰਹੇ ਹੈ, ਉਨਕੇ ਧਾਰਮਿਕ ਜਗ੍ਹਾ ਪੇ ਅਟੈਕ ਹੋ ਰਹੇ ਹੈ। ਸੋ ਵੀ ਸਟਰੋਂਗਲੀ ਕੰਡੈਮ ਇਟ ਐਂਡ ਗਵਰਨਮੈਂਟ ਆਫ ਇੰਡੀਆ ਕੋ ਰਿਕੁਐਸਟ ਕੀਆ ਕਿ UN ਪੇ ਔਰ ਪਾਕਿਸਤਾਨ ਪੇ ਪ੍ਰੈਸ਼ਰ ਡਾਲੇ ਕਿ ਐਸੀ ਬਾਤ ਆਗੇ ਸੇ ਨਾ ਹੋ। ਔਰ ਹਮਾਰੀ ਜੋ ਮਾਈਨੋਰਟੀਜ਼ ਹੈ, ਸਿੱਖ ਭਾਈ ਬਹਿਣ ਪਾਕਿਸਤਾਨ ਮੇਂ ਹੈ, ਉਨਕੀ ਗਵਰਨਮੈਂਟ ਆਫ ਪਾਕਿਸਤਾਨ ਸ਼ੁਡ ਗਿਵ ਅਸ਼ੋਰੈਂਸ ਉਨਕੀ ਸੇਫਟੀ ਪੇ ਔਰ ਇਮਰਾਨ ਖਾਨ ਸ਼ੁਡ ਕੈਟੇਗਰੀਲੀ ਕਮ ਅਪ ਵਿਦ ਅ ਸਟੇਟਮੈਂਟ ਆਫਟਰ ਟੇਕਿੰਗ ਐਕਸ਼ਨ ਅਗੇਂਸਟ ਦੋਜ਼ ਪੀਪਲ ਕਿ ਆਗੇ ਸੇ ਪਾਕਿਸਤਾਨ ਵਿਲ ਇਨਸ਼ੋਰ ਸੇਫਟੀ ਔਫ ਮਾਰੇ ਸਿੱਖ ਔਰ ਅਦਰ ਮਾਈਨੋਰਟੀਜ਼ ਕੀ ਸੇਫਟੀ ਕੇ ਲੀਏ ਪਾਕਿਸਤਾਨ ਪ੍ਰਾਈਮ ਮਿਨਿਸਟਰ ਸ਼ੁਡ ਇਨਸ਼ੋਰ, ਅਦਰਵਾਈਜ਼ ਦਿਸ ਮੈਟਰ ਵਿਲ ਬੀ ਟੇਕਨ ਆਫ ਇਟ ਐਵਰੀ ਲੈਵਲ ਇੰਟਰਨੈਸ਼ਨਲ ਫੋਰਮ। ਮੰਤਰਾਲੇ ਨੇ ਬੜਾ ਸੀਰੀਅਸ ਨੋਟ ਲਿਆ। ਅੱਜ ਵਿਦੇਸ਼ ਮੰਤਰੀ ਨਾਲ ਸਾਡਾ ਡੈਲੀਗੇਸ਼ਨ ਸਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਇੱਥੇ ਆਇਆ ਸੀ, ਜਿਹਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟਸ ਔਰ ਦਿੱਲੀ ਕਮੇਟੀ ਪ੍ਰਧਾਨ ਔਰ ਪਟਨਾ ਸਾਹਿਬ ਦੇ ਪ੍ਰਧਾਨ ਸਾਹਿਬ ਨਾਲ ਸੀ। ਉਹਨਾਂ ਨੇ ਵਿਦੇਸ਼ ਮੰਤਰੀ ਨੂੰ ਦੱਸੀ ਔਰ ਦੱਸਿਆ ਕਿ ਸਾਡੇ ਉੱਥੇ ਜਿਸ ਤਰ੍ਹਾਂ ਬੱਚੇ ਅਨਸੇਫ ਨੇ, ਉੱਥੇ ਸਾਡੀ ਜਿਹੜੇ ਗੁਰੂ ਘਰ ਨੇ ਉਹ ਅਨਸੇਫ ਨੇ, ਉਹਨਾਂ ਦੇ ਉੱਤੇ ਹਮਲਾ ਕਰਨ ਦੀ ਗੱਲ ਕੀਤੀ ਜਾ ਰਹੀ, ਉਹਦੇ ਨਾਮ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ। ਇਹ ਸਾਰੀਆਂ ਗੱਲਾਂ ਡਿਟੇਲਸ ਵਾਈਜ਼ ਅਸੀਂ ਵਿਦੇਸ਼ ਮੰਤਰੀ ਨੂੰ ਦੱਸੀਆਂ ਔਰ ਉਹਨਾਂ ਨੂੰ ਕਿਹਾ ਕਿ ਇਸ ਇਸ਼ੂ ਨੂੰ ਜਿਸ ਤੁਸੀਂ ਇਮਰਾਨ ਖਾਨ ਸਾਹਿਬ ਨਾਲ ਗੱਲ ਕਰੋ, ਕਿਉਂਕਿ ਉਹਨਾਂ ਦੀ ਚੁੱਪੀ ਬੜੀ ਸ਼ੱਕ ਦੇ ਦਾਇਰੇ 'ਚ ਲੈ ਕੇ ਜਾ ਰਹੀ ਹੈ। ਮੰਤਰੀ ਨੂੰ ਉਹਨੂੰ ਦਿੱਤਾ ਮੈਮੋਰੈਂਡਮ ਦਿੱਤਾ ਸਰ ਸੁਖਬੀਰ ਸਿੰਘ ਬਾਦਲ ਨੇ ਔਰ ਉਹਨੂੰ ਬਿਲਕੁਲ ਸਖਤੀ ਨਾਲ ਅਸੀਂ ਵੀ ਜਾ ਕੇ ਆਖਿਆ, ਲੇਕਿਨ ਉਹਨੇ ਵੀ ਅੱਗੇ ਬਹੁਤ ਅੱਛਾ ਰਿਸਪੋਂਸ ਦਿੱਤਾ, ਬਹੁਤ ਵਧੀਆ ਮਾਈਨੋਰਟੀ ਦੇ ਸਾਥ ਕੇ ਸਾਥ ਮਿਲ ਕੇ ਬਾਤ ਕਰਨ ਕੀ ਬਾਤ ਕੀਆ ਔਰ ਉਸਨੇ ਕਿਹਾ ਕਿ ਮੈਂ ਵਹਾਂ ਵੀ ਬਾਤ ਕਰੂੰਗਾ, ਮੈਂ UN ਮੇਂ ਵੀ ਹਮ ਬਾਤ ਉਠਾਏਂਗੇ ਔਰ ਸੈਂਟਰ ਮੇਂ ਉਠਾਏਂਗੇ ਔਰ ਮੈਂ ਆਜ ਬੁਲਾਊਂਗਾ ਉਸਕੋ ਪਾਕਿਸਤਾਨ ਐਮਬੈਸੀ ਹਾਈ ਕਮਿਸ਼ਨ ਕੋ ਔਰ ਜੇ ਮਾਈਨੋਰਟੀ ਕੇ ਸਾਥ ਬਹੁਤ ਧੱਕਾ ਹੈ, ਬਹੁਤ ਜਾਸਤੀ ਹੈ, ਮੈਂ ਇਸਕੋ ਨੋਰਮਲ ਨਹੀਂ ਸਮਝਾਂਗੇ, ਬਹੁਤ ਸੀਰੀਅਸ ਮੈਟਰ ਹਮ ਸੀਰੀਅਸ ਲੇਂਗੇ। ਸੋ ਦੋਸਤੋ, ਅੱਜ ਅਸੀਂ ਦੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਾਹਿਬ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਗੁਰਦੁਆਰਾ ਰਕਾਬਗੰਜ ਸਾਹਿਬ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਨਾਲ ਹੀ ਅਸੀਂ ਦੇਖਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਹਿਮ ਫੈਸਲਾ ਲੈਂਦੇ ਹੋਏ ਹਰਮੀਤ ਸਿੰਘ ਕਾਲਕਾ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਦਿੱਲੀ ਦਾ ਸਰਪ੍ਰਸਤ ਨਿਯੁਕਤ ਕੀਤਾ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਪ੍ਰੋਗਰਾਮ ਗੁੰਜਾ ਸਿੱਖ ਫਿਰਸੇ ਲੈ ਕੇ ਫਿਰ ਆਪ ਜੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨੀਹਾ।